ਸਤਿ ਸ਼੍ਰੀ ਅਕਾਲ ਜੀ। ਅੱਜ ਹੈ ਵਿਸਾਖੀ ਦਾ ਤਿਉਹਾਰ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੱਜ ਆਪਾਂ ਰੇੜੀ ਹੋ ਗਏ, ਗੁਰਦੁਆਰਾ ਸਾਹਿਬ ਜਾਵਾਂਗੇ, ਮੱਥਾ ਟੇਕਾਂਗੇ, ਅਤੇ ਉਸ ਤੋਂ ਬਾਅਦ ਅੱਜ ਮੈਂ ਨਿਊ ਐਕਟਿਵਾ ਲੈ ਕੇ ਆਉਣੀ ਹਾਂ ਵਿਸਾਖੀ ਦੇ ਤਿਉਹਾਰ 'ਤੇ। ਚਲੋ, ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਵਿਸਾਖੀ ਦੀਆਂ। ਸਤਿ ਸ਼੍ਰੀ ਅਕਾਲ ਜੀ। ਅਨੇ ਚੱਕ ਲਈ ਆਪਣੀ ਸਕੂਟਰੀ, ਪੁਰਾਣੀ ਐਕਟਿਵਾ, ਹੁਣ ਆਪਾਂ ਮੇਰੀ ਭਰਾ ਦੀ ਹੋ ਗਈ, ਆਪਾਂ ਨਿਊ ਐਕਟਿਵਾ ਲੈ ਕੇ ਆ ਰਹੇ ਹਾਂ। ਕਹਿੰਦੇ ਵਿਸਾਖੀ ਦਾ ਤਿਉਹਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਗਾ ਕਿ ਅਨੰਦਪੁਰ ਸਾਹਿਬ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਚਲੋ ਹੁਣ ਆਪਾਂ ਜਲਦੀ ਜਲਦੀ, ਮੌਸਮ ਵੀ ਥੋੜ੍ਹਾ ਖਰਾਬ ਹੈ, ਜਲਦੀ ਜਲਦੀ ਚੱਲਦੇ ਹਾਂ ਆਪਾਂ, ਐਕਟਿਵਾ ਕਰੀਏ ਸਟਾਰਟ। ਹੁਣ ਆਪਾਂ ਜਾ ਰਹੇ ਹਾਂ ਨਿਊ ਐਕਟਿਵਾ ਲੈਣ। ਬਾਏ ਬਾਏ। ਆਪਾਂ ਪਹੁੰਚ ਗਏ ਹੁਣ ਜੈਂਸੀ ਦੇ ਵਿੱਚ। ਚਲੋ ਦੇਖਦੇ ਹਾਂ ਕਿਹੜੀ ਐਕਟਿਵਾ ਪਸੰਦ ਹੋ ਰਹੀ ਹੈ। ਚਲੋ ਅੰਦਰ ਸ਼ੋਪ 'ਤੇ ਤੁਹਾਨੂੰ ਐਕਟਿਵਾ ਦਿਖਾਉਂਦੇ। Congratulations. ਆਪਾਂ ਨੇ ਲੈ ਲਈ ਹੁਣ ਨਵੀਂ ਸਕੂਟਰੀ, ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟਿਕਵਾ ਲਈਏ ਨਵੀਂ ਸਕੂਟਰੀ ਦਾ। ਵਿਸਾਖੀ ਦੇ ਉੱਤੇ ਮੇਰੇ ਹਸਬੈਂਡ ਨੇ ਮੈਨੂੰ ਗਿਫਟ ਦਿੱਤਾ, ਥੈਂਕ ਯੂ ਸੋ ਮਚ। ਗੁਰਦੁਆਰਾ ਸਾਹਿਬ ਅੰਦਰ ਜਾ ਕੇ ਪ੍ਰਸ਼ਾਦ ਚੜਾ ਦੀਏ। ਨਵੀਂ ਸਕੂਟਰੀ ਤੇ ਵਿਸਾਖੀ ਦਾ ਤਿਉਹਾਰ ਹੈ ਅੱਜ।
ਗੁਰਦੁਆਰਾ ਸਾਹਿਬ ਸ਼ਕਰੋਮੀ ਪ੍ਰਸ਼ਾਦਾ ਲਿਖਣਾ ਕੈਸੀ ਲਗੀ ਆਪਕੋ ਹਮਾਰੀ ਐਕਟਿਵ ਹੈ।